ਜਿੰਨ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੌਂਕੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦਨਾਲ ਮੁਲਾਕਾਤ ਕੀਤੀ ਰਾਸ਼ਟਰਪਤੀ ਪਵਨਜ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਕਈ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 38949 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਤੇ 542 ਮੌਤਾਂ ਦੀ ਰਿਪੋਰਟ ਇਸ ਅਰਸੇ ਦੌਰਾਨ 40026 ਵਿਅਕਤੀਆਂ ਨੇ ਕਰੋਨਾ ਲਾਗ ਤੋਂ ਮੁਕਤੀ ਹਾਸਲ ਕੀਤੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਿਆ ਨੇ 2 ਅਣਪਛਾਤੇ ਅੱਤਵਾਦੀਆਂ ਨੂੰ ਟਰ ਕੀਤਾ ਕਪੜਾ ਮੰਤਰੀ ਪਿਊਸ਼ ਗੋਇਲ ਨੇ ਆਤਮਨਿਰਭਰ ਭਾਰਤ ਦਾ ਟੀਚਾ ਹਾਸਲ ਕਰਨ ਲਈ ਸਥਾਨਕ ਕਾਰਗਰਾਂ ਤੇ ਕਰੇਲੂ ਸੰਨਤ ਦਾ ਉਤਪਾਦਨ ਵਧਾਉਣ ਤੇ ਜ਼ੋਰ ਦਿੱਤਾ नेशनल थर्मल पावर कॉर्पोरेशन कंपनी समूह ने 100 अरब यूनिट ਤੋਂ ਵੱਧ بجلی ਉਤਪਾਦਨ ਦਾ ਟੀਚਾ ਹਾਸਲ ਕੀਤਾ। ਦੇਖੋ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦਨਾਲ ਰਾਸ਼ਟਰਪਤੀ ਪਵੰਚ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਦੇਸ਼ ਵਿਜਲੀ ਮਹੱਤਵਪੂਰਨ ਮੁੱਦਿਆਂ ਤੋਂ ਜਾਣੂ ਕਰਵਾਇਆ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 38949 ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਪੁਸ਼ਟੀ ਹੋਣ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ 3 ਕਰੋੜ 10 ਲੱਖ 26 ਹਜ਼ਾਰ ਤੋਂ ਪਾਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਆਂਕੜਿਆਂ ਮੁਤਾਬਕ ਇਸ ਮਹਾਮਾਰੀ ਨਾਲ 542 ਹੋਰ ਮੌਤਾਂ ਦਰਜ ਹੋਈਆਂ ਨੇ ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4 ਲੱਖ 12531 ਹੋ ਗਈ ਹੈ। ਐਕਟਿਵ ਮਾਮਲਿਆਂ 'ਚ 1619 ਕੇਸਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਗਿਣਤੀ ਹੁਣ 43042 ਤੇ ਪਹੁੰਚ ਗਈ ਹੈ। ਐਕਟਿਵ ਮਾਮਲਿਆਂ ਦੀ ਦਰ ਹੁਣ ਕੁੱਲ ਮਾਮਲਿਆਂ ਦਾ 1.39% ਦੇ ਪਿਛਲੇ 24 ਘੰਟਿਆਂ ਦੌਰਾਨ 40026 ਵਿਅਕਤੀਆਂ ਨੇ ਕਰੋਨਾ ਲਾਗ ਤੋਂ ਮੁਕਤੀ ਹਾਸਲ ਕੀਤੀ ਹੈ ਸੇਤ ਜਾਂ ਹੁਣ ਮਾਮਲਿਆਂ ਦਾ ਅੰਕੜਾ 3 ਕਰੋੜ 1 ਲੱਖ 83876 ਹੋ ਗਿਆ ਜਿਹੜਾ ਕੁੱਲ ਮਾਮਲਿਆਂ ਦਾ 97.28% ਬਣਦਾ ਹੈ ਤੇ ਇਸ ਚ ਕਰੋਨਾ ਨਾਲ ਹੋਈਆਂ ਮੌਤਾਂ ਦੀ ਦਰ 1.33% ਰਿਪੋਰਟ ਕੀਤੀ ਜਾ ਰਹੀ ਹੈ ਕੌਮੀ ਟੀਕਾਕਰਨ ਮਹਿੰਮ ਤਹਿਤ ਦੇਸ਼ ਵਿੱਚ ਲਗਾਏ ਗਏ ਕੋਵਿਡ-19 ਰੋਕੂ ਟੀਕਿਆਂ ਦੀ ਕੁੱਲ ਗਿਣਤੀ 39 ਕਰੋੜ 53 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਹੁਣ ਤੱਕ 39 ਕਰੋੜ 53 ਲਗਭਗ 43760 ਲਾਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਪਿਛਲੇ 24 ਘੰਟਿਆਂ ਦੌਰਾਨ 3878000 ਤੋਂ ਵੱਧ ਲਾਪਾਤਰੀਆਂ ਦਾ ਟੀਕਾਕਰਨ ਹੋਇਆ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਦੇ ਐਮਰਜੈਂਸੀ ਪ੍ਰਬੰਧਾਂ ਤੇ ਸਿਹਤ ਪ੍ਰਣਾਲੀ ਦੀ ਤਿਆਰੀ ਸੰਬੰਧੀ ਦੂਜੇ ਗੇੜ ਤੱਕ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਅਧਿਕਾਰੀਆਂ ਨੇ ਵੀਡੀਓ ਕਾਨਫਰencing ਰਾਹੀਂ ਇਸ ਵਰਚੁਅਲ ਮੀਟਿੰਗ ਵਿੱਚ ਹਿੱਸਾ ਲਿਆ। ਕੇਂਦਰੀ ਮੰਤਰੀ ਮੰਡਲ ਨੇ 1 ਜੁਲਾਈ ਤੋਂ ਅਗਲੇ ਸਾਲੀ 31 ਮਾਰਚ ਤੱਕ ਲਈ 23123 ਕਰੋੜ ਰੁਪਏ ਦੀ ਇੱਕ ਯੋਜਨਾ ਨੂੰ ਮਨਜ਼ੂਰੀ ਦਿੱਤੀ। ਇਸ ਯੋਜਨਾ ਦਾ ਮੰਤਵ ਬੱਚਿਆਂ ਦੀ ਦੇਖਭਾਲ ਸਮੇਤ ਸਿਹਤ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਅਤੇ ਟੁਕਵੇਂ ਨਤੀਜਿਆਂ ਤੇ ਜ਼ੋਰ ਦੇ ਕੇ ਸ਼ੁਰੂਆਤੀ ਰੋਗ ਥਾਮ ਪ੍ਰਬੰਧਨ ਦੇ ਮੰਤਵ ਨਾਲ ਤੇਜ਼ੀ ਨਾਲ ਕਾਰਵਾਈ ਲਈ ਸਿਹਤ ਪ੍ਰਣਾਲੀ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨਾ ਹੈ ਸਮੀਖਿਆ ਬੈਠਕ ਦੌਰਾਨ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਪ੍ਰਬੰਧਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਹ ਹਦਾਇਤਾਂ ਉਹਨਾਂ ਦੇ ਸਿਹਤ ਸੰਭਾਲ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ 'ਚ ਸਹਾਇਕ ਸਾਬਤ ਹੋਣਗੀਆਂ ਬੈਠਕ ਦੌਰਾਨ ਕੋਵਿਡ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਟੀਕਿਆਂ ਦੀ ਖਰੀਦ ਤੇ ਵੀ ਜ਼ੋਰ ਦਿੱਤਾ ਗਿਆ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰਸ ਐਡਨੋਰਮ ਗੇਬਰੀਆਸਸ ਨੇ ਦੁਨੀਆ ਨੂੰ ਡੈਲਟਾ ਵੇਰੀਐਂਟ ਦੇ ਉਛਾਲ ਦੌਰਾਨ ਕੋਵਿਡ-19 ਦੀ ਤੀਜੀ ਲਹਿਰ ਦੇ ਸ਼ੁਰੂਆਤੀ ਗੇੜ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਦੁਨੀਆ ਹੁਣ ਤੀਜੀ ਲਹਿਰ ਦੇ ਸ਼ੁਰੂਆਤੀ ਪੜਾਅ ਵਿੱਚ ਹੈ। WHO ਦੇ ਮੁਖੀ ਦੇ ਹਵਾਲੇ ਨਾਲ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਇੱਕ ਵਾਰ ਫਿਰ ਤੋਂ ਪੋਜ਼ਿਟਿਵ ਮਾਮਲਿਆਂ ਦੀ ਦਰ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਯੂਰਪ ਅਤੇ ਅਮਰੀਕਾ ਵਿੱਚ ਟੀਕਾ ਕਰਨ ਦਰਾਂ ਵਿੱਚ ਵਾਧਾ ਕਰਕੇ ਕੋਵਿਡ-19 ਮਾਮਲਿਆਂ ਅਤੇ ਇਸ ਮ ਮੌਤਾਂ 'ਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਵਾਇਰਸ ਦੇ ਨਵੇਂ ਰੂਪ ਬਾਰੇ ਤੇ ਡਰਸ ਨੇ ਕਿਹਾ ਕਿ ਕਰੋਨਾ ਦੇ ਲਾਗ ਪਿਛਲੇ ਨਾਲੋਂ ਜ਼ਿਆਦਾ ਪਿਆਨਕ ਹੈ ਉਹਨਾਂ ਆਖੇ ਕਿ ਡੈਲਟਾ ਵੇਰੀਐਂਟ ਹੁਣ ਤੱਕ 111 ਦੇਸ਼ਾਂ 'ਚ ਦੇਖਣ ਨੂੰ ਮਿਲਿਆ ਹੈ ਜਿੱਥੇ ਇਸ ਦੇ ਛੇਤੀ ਸਮੁੱਚੀ ਦੁਨੀਆ 'ਚ ਫੈਲਣ ਦੀ ਸੰਭਾਵਨਾ ਹੈ ਉਹਨਾਂ ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਦੇ ਟਾਕਰੇ ਲਈ ਪਹਿਲਾਂ ਤੋਂ ਹੀ ਤਿਆਰਬਰ ਤਿਆਰ ਰਹਿਣ ਦੀ ਹਦਾਇਤ ਕੀਤੀ ਸ਼੍ਰੀਨਗਰ ਚ ਸੁਰੱਖਿਆ ਦਸਤਿਆਂ ਨੇ ਦੁਵਾਂਣ ਪਛਾਤੇ ਆਤਵਾਦੀਆਂ ਨੂੰ ਠੇਰ ਕਰ ਦਿੱਤੇ ਸ਼੍ਰੀਨਗਰ ਦੇ ਨਾਨਮਾਰੇ ਇਲਾਕੇ ਚ ਪੈਂਦੀ ਆਲਮਦਾਰ ਕਲੋਨੀ ਚ ਆਤਵਾਦੀਆਂ ਦੇ ਲੁਕੇ ਹੋਣ ਦੀ ਸੂਹ ਮਿਲਣ ਮਗਰੋਂ ਜੰਮੂ ਕਸ਼ਮੀਰ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਰਾਸ਼ਟਰੀ ਰਾਈਫਲਜ਼ ਅਤੇ ਸੀਆਰਪੀਐਫ ਦੀ ਸਾਂਝੀ ਟੁਕੜੀ ਵੱਲੋਂ ਕੇਰਾਬੰਦੀ ਕਰਕੇ ਖੇਤਰ ਵਿੱਚ ਪੁਨਛਾਣ ਦਾ ਕੰਮ ਸ਼ੁਰੂ ਕੀਤਾ ਗਿਆ ਪੁਲਿਸ ਦੇ ਇੱਕ ਬੁਲਾਰੇ ਨੇ ਸ਼੍ਰੀਨਗਰ ਚ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਸਾਰੇ ਬਾਹਰ ਨਿਕਲਣ ਦੇ ਰਸਤੇ ਸੀਲ ਕਰ ਦਿੱਤੇ ਤੇ ਆਤਵਾਦੀਆਂ ਦੇ ਕਤਿਤ ਲੁਕਣ ਟਿਕਾਣੇ 'ਵਲਬਦਨਾ' ਸ਼ੁਰੂ ਕਰ ਦਿੱਤਾ ਲੋਕਿਵਾਂ ਆਤਵਾ ਦਸਤਿਆਂ ਨੇ ਵੀ ਮੁਕਾਬਲੇ ਦੌਰਾਨ ਜਵਾਬੀ ਕਾਰਵਾਈ ਨੂੰ ਅੰਜਾਮ ਦਿੱਤਾ ਜਿਸ ਵਿੱਚ ਦੋ ਅਣਪਛਾਤੇ ਅਤਵਾਦੀ ਮਾਰੇ ਗਏ ਤੇ ਮੁਕਾਬਲਾ ਜਾਰੀ ਹੈ ਕਿਸੇ ਵੀ ਤਰ੍ਹਾਂ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਆਸ-ਪਾਸ ਦੇ ਇਲਾਕਿਆਂ 'ਚ ਵਾਧੂ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ ਇਸੇ ਦੌਰਾਨ ਕਸ਼ਮੀਰ ਜ਼ੋਨ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਸ਼੍ਰੀਨਗਰ ਵਿੱਚ ਮੌਜੂਦਾ ਮੁਕਾਬਲੇ ਸਮੇਤ ਪੁਲਿਸ ਨੇ ਸੁਰੱਖਿਆ ਦਸਤਿਆਂ ਨਾਲ ਮਿਲ ਕੇ ਕੀਤੀ ਕੀ ਕਾਰਵਾਈ 'ਚ ਇਸ ਸਾਲ ਕਸ਼ਮੀਰ ਕਾਟੀ 'ਚੋਂ ਤੱਕ 78 ਅਤਵਾਦੀਆਂ ਨੂੰ ਮਾਰ ਮੁਕਾਇਆ ਹੈ ਮਾਰੇ ਗਏ ਅਤਵਾਦੀਆਂ 'ਚ ਪਾਬੰਦੀਸ਼ੁਦਾ ਅਤਵਾਦੀ ਸੰਗਠਨ ਲਸ਼ਕਰ-ਏ-ਤੈਬਰ ਨਾਲ ਜੁੜੇ 39 ਮੁਜਾਹਿਦਿਨ ਅਲ ਬਦਰ ਜੈਸ਼ੀ ਮੁਹੰਮਦ ਅਤ ਅਨਸਾਰ ਗਜਬਤ ਉਲ ਹਿੰਦ ਨਾਲ ਸੰਬੰਧਿਤ 39 ਅਧਵਦੀ ਸ਼ਾਮਲੇ ਰੱਖਿਆ ਮੰਤਰੀ ਰਾਜਨਾ ਸਿੰਘ ਨੇ ਨਵੀਂ ਦਿੱਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰਿਤ ਸ਼ਿਕਾਇਤ ਪ੍ਰਬੰਧਨ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਹੈ ਇਸ ਨੂੰ ਆਈਆਈਟੀ ਕਾਨਪੁਰ ਦੇ ਸਹਿਯੋਗ ਨਾਲ ਰੱਖਿਆ ਮੰਤਰਾਲੇ ਨੇ ਵਿਕਸਿਤ ਕੀਤਾ ਹੈ ਇਹ ਸਰਕਾਰ ਦੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ ਆਪਣੀ ਤਰ੍ਹਾਂ ਦੀ ਪਹਿਲੀ ਪ੍ਰਣਾਲੀ ਹੈ ਇਸ ਦੇ ਰਾਹੀਂ ਮੁੜਕੜਕੇ ਕੀਤੀਆਂ ਜਾ ਰਹੀਆਂ ਇੱਕੋ ਤਰ੍ਹਾਂ ਦੀਆਂ ਸ਼ਿਕਾਇਤਾਂ ਜਾਂ ਸਕੈਮ ਸੁਨੇਹਾ ਦੀ ਆਸਾਨੀ ਨਾਲ شناخت ਕੀਤੀ ਜਾ ਸਕਦੀ ਹੈ ਨਵੀਂ ਪ੍ਰਣਾਲੀ ਦੀ ਸ਼ੁਰੂਆਤ ਕਰਦੇ ਹਨ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਚੰਗੇ ਪ੍ਰਸ਼ਾਸਨ ਦਾ ਇੱਕ ਵਧੀਆ ਉਦਾਹਰਣ ਹੈ ਜਿਹੜਾ ਸਰਕਾਰ ਭਾਰਤ ਦੇ ਵਿਦੇਕਪਾਈਚਾਰੇ ਵਿਚਾਲੇ ਵੱਧਦੇ ਸਹਿਯੋਗ ਨੂੰ ਦਰਸਾਉਂਦਾ ਹੈ ਉਨਾ ਅੰਕਿਏ ਕਿ ਲੋਕਾਂ ਨੂੰ ਹੋਰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਲਈ ਸਰਕਾਰ ਵੱਲੋਂ ਚੁੱਕਿਆ ਗਿਆ ਇੱਕ ਹੋਰ ਸਾਰਥਕ ਕਦਮ ਹੈ ਕਪੜਾ ਮੰਤਰੀ ਪਿਊਸ਼ ਗੋਇਲ ਨੇ ਕਪੜਾ ਖੇਤਰ ਨੂੰ ਹੱਲਾਸ਼ੇਰੀ ਦੇਣ ਲਈ ਉਹਨਾਂ ਦੇ ਮੰਤਰਾਲਾ ਵੱਲੋਂ ਕੀਤੇ ਜਾ ਰਹੇ ਉਪਰਾਹਿਆਂ ਦੀ ਸਮੀਖਿਆ ਕੀਤੀ ਗੋਇਲ ਨੇ ਕਿਹਾ ਕਿ ਆਤਮਨਿਰਪਰਾਰਤਾ ਦਾ ਟੀਚਰ ਸਥਾਨ ਕਾਰੀਗਰਾਂ ਤੇ ਘਰੇਲੂ ਸਨਰਦ ਦੀ ਉਤਪਾਦਕਤਾ ਨੂੰ ਵਧਾ ਕੇ ਪੂਰਾ ਕੀਤਾ ਜਾ ਸਕਦਾ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਕਪੜਾ ਖੇਤਰ ਵਿੱਚ ਵਿਕਾਸ ਦੀਆਂ ಅಪਾਰ ਸੰਭਾਵਨਾਵਾਂ ਨੇ ਉਹਨਾਂ ਨਵੇਂ ਤਜਰਬਿਆਂ ਆਧੁਨਿਕ ਟੈਕਨੋਲੋਜੀ ਅਤੇ ਉਪਲਬਧ ਮੌਜੂਦਾ ਸਹੂਲਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਕਪੜਾ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਔਨਮਲੇ ਸਮੇਂ ਚ ਇਸ ਖੇਤਰ ਵਿੱਚ ਮਜ਼ਬੂਤੀ ਆਵੇਗੀ ਉਹਨਾਂ ਸਬੰਧ ਕਪੜਾ ਸਨਤਨਾਲ ਜੁੜੇ ਲੋਕਾਂ ਦੀ ਆਮਦਨ ਵਧਾਉਣ ਅਤੇ ਹੈਂਡਲੂਮ ਉਤਪਾਦਾਂ ਦੀ ਗੁਣਵੱਤਾ ਬਣਾਈ ਰੱਖਣ ਲਈ ਲੋੜੀਂਦੇ ਉਪਾਅ ਕਰਨ ਲਈ ਕਿਹਾ ਸਮੀਖਿਆ ਬੈਠਕ ਦੌਰਾਨ ਕਪੜਾ ਮੰਤਰੀ ਨੂੰ ਭਾਰਤੀ ਕਪੜਾ ਖੇਤਰ ਚ ਹੁਣ ਤੱਕ ਹੋਏ ਵਿਸਥਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਬਿਜਲੀ ਮੰਤਰਾਲੇ ਦੇ ਅਧਿਨ ਆਉਂਦੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਕੰਪਨੀ ਸਮੂਨੇ 100 ਅਰਬ ਯੂਨਿਟ ਤੋਂ ਵੱਧ ਬਿਜਲੀ ਉਤਪਾਦਨ ਦਾ ਟੀਚਾ ਹਾਸਲ ਕਰ ਲਿਆ ਹੈ ਬਿਜਲੀ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਐਨਟੀਪੀਸੀ ਇਹ ਟੀਚਾ ਪਿਛਲੇ ਸਾਲ 7 ਅਗਸਤ ਤੱਕ ਹਾਸਲ ਕਰ ਲਿਆ ਸੀ ਜਿਹੜਾ ਇਸ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਨੂੰ ਦਰਸਾਉਂਦਾ ਹੈ ਛੱਤੀਸਗੜ੍ਹ ਵਿੱਚ ਐਨਟੀਪੀਸੀ ਦਾ ਕੋਰਬਾ ਪਲਾਂਟ ਦੇਸ਼ ਦਾ ਸਭ ਤੋਂ ਵੱਡਾ ਥਰਮਲ ਬਿਜਲੀ ਉਤਪਾਦਨ ਕਰਨ ਵਾਲਾ ਪਲਾਂਟ ਹੈ ਮੰਤਰਾਲਾ ਵੱਲੋਂ ਦੱਸਿਆ ਗਿਆ ਹੈ ਕਿ ਐਨਟੀਪੀਸੀ ਸਮੂਹ ਦੇ 71 ਪਾਵਰ ਸਟੇਸ਼ਨ ਨੇ ਜਿਨ੍ਹਾਂ ਦੀ ਸਮਰੱ ਵਰਤੂ ਵੱਧ ਦੇ ਇਹਨਾਂ ਵਿੱਚੋਂ 29 ਅਕਸ਼ੇ ਊਰਜਾ ਤੇ ਆਧਾਰਿਤ ਪ੍ਰੋਜੈਕਟ ਨੇ ਐਨਟੀਪੀਸੀ ਨੇ 2032 ਤੱਕ 60 ਗੀਗਾਵਾਟ ਅਕਸ਼ੇ ਊਰਜਾ ਦੀ ਸਥਾਪਿਤ ਸਮਰੱਥਾ ਦਾ ਟੀਚਾ ਮਿੱਥਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਖੇ ਕਿ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਕਿਸਾਨਾਂ ਦੀ ਅੰਤਕ ਮਿਹਨਤ ਅਤੇ ਖੇਤੀ ਵਿਗਿਆਨੀਆਂ ਦੀ ਖੋਜ ਦੇ ਨਤੀਜਿਆਂ ਦੇ ਚਲਦਿਆਂ 2020-21 ਦੇ ਅਰਸੇ ਦੌਰਾਨ ਦੇਸ਼ ਵਿੱਚ ਬਾਗਬਾਨੀ ਦਾ ਉਤਪਾਦਨ ਹੁਣ ਤੱਕ ਦੇ ਸਭ ਤੋਂ ਵੱਧ ਅੰਕੜੇ 23 ਕਰੋੜ 98 ਲੱਖ 60 ਹਜ਼ਾਰ ਟਨ ਨੂੰ ਪਾਰ ਕਰ ਗਿਆ ਉਨ੍ਹਾਂ ਆਖਿਆ ਕਿ 2019 ਵੀ ਦੇ ਮੁਕਾਬਲੇ ਇਹ ਉਤਪਾਦਨ 93 ਲੱਖ 90 ਹਜ਼ਾਰ ਟਨ ਵੱਧ ਹੈ ਇਸੇ ਦੌਰਾਨ ਕੀ ਖੇਤੀਬਾੜੀ ਅਤੇ ਕਿਸਾਨ ਪਲਾਈ ਮੰਤਰਾਲਾ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ ਹੋਰ ਸਰਕਾਰੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸਾਲ 2021 ਲਈ ਖੇਤਰ ਅਤੇ ਵੱਖ-ਵੱਖ ਬਾਗਬਾਨੀ ਫਸਲਾਂ ਦੇ ਉਤਪਾਦਨ ਦਾ ਦੂਜਾ ਪੇਸ਼ਕੀ ਅਨੁਮਾਨ ਵੀ ਜਾਰੀ ਕੀਤਾ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DD ਦੇ ਜਲੰਧਰ ਦੇ YouTube ਚੈਨਲ, Facebook ਅਤੇ Twitter handle page ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਨ ਦੇ ਅਖੀਰ ਵਿੱਚ ਹੋਣੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦਨਾਲ ਮੁਲਾਕਾਤ ਕੀਤੀ ਰਾਸ਼ਟਰਪਤੀ ਪਵਨਜ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਕਈ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 38949 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਤੇ 542 ਮੌਤਾਂ ਦੀ ਰਿਪੋਰਟ ਇਸ ਅੱਰੇ ਸੇ ਦੌਰਾਨ 40026 ਵਿਅਕਤੀਆਂ ਨੇ ਕੋਰੋਨਾ ਲਾਗ ਤੋਂ ਮੁਕਤੀ ਹਾਸਲ ਕੀਤੀ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਿਆ ਨੇ ਦੋ ਅਣਪਛਾਤੇ ਆਤਵਾਦੀਆਂ ਨੂੰ ਠੇਰ ਕੀਤਾ ਕਪੜਾ ਮੰਤਰੀ ਪਿਊਸ਼ ਗੋਇਲ ਨੇ ਆਤਮਨਿਰਪਰਾਰਤ ਦਾ ਟੀਚਾ ਹਾਸਲ ਕਰਨ ਲਈ ਸਥਾਨਕ ਕਾਰੀਗਰਾਂ ਤੇ ਕਰੇਲੂ ਸਨਨ ਦਾ ਉਤਪਾਦਨ ਵਧਾਉਣ ਤੇ ਜ਼ੋਰ ਦਿੱਤਾ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਕੰਪਨੀਜ਼ ਨੂੰ ਨੇ 100 ਅਰਬ ਯੂਨਿਟ ਤੋਂ ਵੱਧ ਬਿਜਲੀ ਉਤਪਾਦਨ ਦਾ ਟੀਚਾ ਹਾਸਲ ਕੀਤਾ ਤੇ ਇਸ ਦਿਨ ਲਈ ਖਬਰਾਂ ਦਾ ਬਲਟਨ ਖਤਮ ਹੋਇਆ ਨਮਸਕਾਰ